ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ترਸੀਮ ਸਿੰਘ ਮਠਾਰੂ ਤੇ ਗੱਲ ਕਰਦੇ ਆ ਦੁਪਹਿਰ ਦੀਆਂ ਵੱਡੀਆਂ ਖਬਰਾਂ ਦੇ ਇਸ ਤੋਂ ਪਹਿਲਾਂ ਨਜ਼ਰ ਮਾਰਦੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ 2004 ਤੋਂ ਪਹਿਲਾਂ ਨਿਯੁਕਤ ਸਾਰੇ ਕਰਮਚਾਰੀ ਪੁਰਾਣੀ ਪੈਨਸ਼ਨ ਦੇ ਹੱਕਦਾਰ ਹਾਈ ਕੋਰਟ ਲੇਆਫਸ 2024 ਪੇਮੈਂਟ ਕੰਪਨੀ ਪੇਪਰ ਲਗਭਗ 2500 ਨੌਕਰੀਆਂ 'ਚ ਕਰੇਗੀ ਕਟੌਤੀ ਰਿਪੋਰਟ ਪੰਜਾਬ ਸਰਕਾਰ ਨੇ ਮ੍ਰਿਤਕ ਮੁਲਾਜ਼ਮਾਂ ਦੀਆਂ ਵਿਧਵਾਵਾਂ ਨੂੰ ਦਿੱਤੀ ਵੱਡੀ ਰਾਹਤ ਵੱਜਰ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਤੋਹਫਾ ਸਸਤੇ ਹੋਣਗੇ ਮੋਬਾਈਲ ਤੇ ਹੋਰ ਸਮਾਨ ਹੁਣ ਫ੍ਰੀਚ ਨਹੀਂ ਚੱਲੇਗਾ WhatsApp ਕੰਪਨੀ ਨੇ ਕੀਤਾ ਵੱਡਾ ਬਦਲਾ ਬਸਾਂ 'ਚ ਆ ਗਾਣੇ ਚਲਾਉਣ ਤੇ ਲੱਗੀ ਰੋਕ ਜੇਕਰ ਕੋਈ ਫਰਿਆ ਗਿਆ ਤਾਂ ਹੋਵੇਗੀ ਸਖਤ ਸਜ਼ਾ ਮਾਚ ਦੇ ਪਹਿਲੇ ਹਫਤੇ ਲੋਕ ਸਭਾ ਚੋਣਾਂ ਦਾ ਐਲਾਨ ਸੰਭਵ ਮਨੋਹਰ ਲਾਲ ਖੱਟਰ ਪੰਜਾਬ ਸਰਕਾਰ ਤੇ ਪੁਲਿਸ ਲਈ ਮੁਸੀਬਤ ਬਣੀ ਪਾਣਾ ਸਿੱਧੂ ਦੀ ਗ੍ਰਿਫਤਾਰੀ ਅੱਜ ਦੀ ਮੀਟਿੰਗ ਵਿੱਚ ਹੋ ਸਕਦਾ ਹੈ ਵੱਡਾ ਫੈਸਲਾ ਇਮੀਗ੍ਰੇਟ ਕੈਨੇਡਾ ਇਮੀਗ੍ਰੇਸ਼ਨ ਟੂਡੇ ਸਰਕਾਰ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਨੀਮਾ ਚ ਬਦਲਾਅ ਕੀਤਾ ਪੰਜਾਬ ਚ ਵਧੀਆਂ ਮੁਸ਼ਕਲ ਆ ਤਾਂ ਦੋਸਤੋ ਅਸੀਂ ਆਪਣੀਆਂ ਸੁਰੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆਂ ਨਾ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ कर 2004 ਤੋਂ ਚਾਰ ਤੋਂ ਪਹਿਲਾਂ ਨਿਯੁਕਤ ਕੀਤੇ ਸਾਰੇ ਕਰਮਚਾਰੀ ਪੁਰਾਣੀ ਪੈਨਸ਼ਨ ਦੇ ਹੱਕਦਾਰ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਲੈਂਦੇ ਹੋਏ ਸਪਸ਼ਟ ਕੀਤਾ ਕਿ ਜੇਕਰ ਕੋਈ ਕਰਮਚਾਰੀ 2004 ਤੋਂ ਪਹਿਲਾਂ ਨਿਯੁਕਤ ਕੀਤਾ ਗਿਆ ਸੀ ਭਾਵੇਂ ਹੀ ਭਾਵੇਂ ਹੀ ਉਹ ਮਿਤੀ ਤੋਂ ਬਾਅਦ ਰੈਗੂਲਰ ਹੋਇਆ ਹੋਵੇ ਤਾਂ ਉਹ ਪੁਰਾਣੀ ਪੈਨਸ਼ਨ ਸਕੀਮ ਦਾ ਹੱਕਦਾਰ ਹੈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਇਮਾਂ ਵੱਲ ਡਾਇਰੈਕਟਿਵਾਂ ਨੂੰ ਪ੍ਰਵਾਨ ਕਰਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 4 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੀ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਜਾਰੀ ਕਰਨ ਦੇ ਹੁਕਮ ਦਿੱਤੇ ਹਨ ਪੇਪਰਟ ਕੰਪਨੀ ਪੇਪਲ ਲਗਭਗ 2500 ਨੌਕਰੀਆਂ ਦੀ ਕਰੇਗੀ ਕਟੌਤੀ ਰਿਪੋਰਟ ਭਵਤਾਨ ਫਰਮ ਪੇਪਲ ਹੋਲਡਿੰਗਸ ਨੇ ਇਸ ਸਾਲ ਲਗਭਗ 2500 ਨੌਕਰੀਆਂ ਦੀ ਛਾਂਟੀ ਕਰੇਗੀ ਜਾਂ ਉਸਦੇ ਗਲੋਬਲ ਕਰਮਚਾਰੀਆਂ ਦੇ 9% ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਰਾਈਟਰਜ਼ ਵੱਲੋਂ ਮੰਗਲਵਾਰ ਨੂੰ ਸੀਈਓ ਅਲੈਕਸ ਕ੍ਰਿਸਟਾ ਇੱਕ ਪੱਤਰ ਦਿਖਾਇਆ ਗਿਆ ਸਟਾਫ ਨੂੰ ਲੈ ਕੇ ਪੱਤਰ ਵਿੱਚ ਨਵੇਂ ਨਿਯੁਕਤ ਸੀਈਓ ਕ੍ਰਿਸਨ ਨੇ ਕਿਹਾ ਕਿ ਇਸ ਫੈਸਲੇ ਕੰਪਨੀ ਨੂੰ ਰਾਈਟ ਸਾਈਜ਼ ਕਰਨ ਲਈ ਸਿੱਧੇ ਕਟੌਤੀਆਂ ਤੇ ਸਾਲ ਭਰ ਵਿੱਚ ਖੁੱਲੀਆਂ ਭੂਮਿਕਾਵਾਂ ਨੂੰ ਖਤਮ ਕਰਨ ਦੋਵਾਂ ਦੁਆਰਾ ਲਿਖਿਆ ਗਿਆ ਸੀ ਪ੍ਰਭਾਵਿਤ ਹੋਣ ਵਾਲੇ ਸਟਾਫ ਨੂੰ ਦੇ ਹਰ ਤੱਕ ਸੂਚਿਤ ਕੀਤੇ ਜਾਣ ਦੀ ਉਮੀਦ ਹੈ ਕ੍ਰਿਸ਼ਨੇ ਪੱਤਰ ਲਿਖਿਆ ਕਿ ਅਸੀਂ ਆਪਣੇ ਕਾਰੋਬਾਰ ਨੂੰ ਸਹੀ ਕਾਰ ਦੇਣ ਲਈ ਅਜੇਹਾ ਕਰ ਰਹੇ ਹਾਂ ਜਿਸ ਨਾਲ ਸਾਨੂੰ ਆਪਣੇ ਗਾਹਕਾਂ ਲਈ ਪ੍ਰਦਾਨ ਅਤੇ ਲਾਭਕਾਰੀ ਵਿਕਾਸ ਨੂੰ ਵਧਾਉਣ ਦੀ ਲੋੜ ਗਤੀ ਨਾਲ ਅੱਗੇ ਵਧਣ ਦੀ ਇਜਾਜ਼ਤ ਮਿਲਦੀ ਹੈ ਕੰਪਨੀ ਨੇ ਟਿੱਪਣੀ ਲਈ ਰਾਈਟਰ ਨੂੰ ਦੀ ਬੇਨਤੀ ਨੂੰ ਤੁਰੰਤ ਜਵਾਬ ਨਹੀਂ ਦਿੱਤਾ ਪੇਪਲ ਨੇ ਸੇਅਰ ਅਖੀਲੇ ਦੁਪਹਿਰ ਦੇ ਵਪਾਰ ਵਿੱਚ 0.5 ਫੀਸਦੀ ਵਾਧਾ ਰਹੇ ਸਨ ਪੰਜਾਬ ਸਰਕਾਰ ਨੇ ਮ੍ਰਿਤਕ ਮੁਲਾਜ਼ਮਾਂ ਦੀਆਂ ਵਿਧਵਾਵਾਂ ਨੂੰ ਦਿੱਤੀ ਵੱਡੀ ਰਾਹਤ ਪੰਜਾਬ ਸਰਕਾਰ ਨੇ ਮ੍ਰਿਤਕ ਮੁਲਾਜ਼ਮਾਂ ਦੀਆਂ ਵਿਧਵਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ ਤਸ ਦੇ ਅਧਾਰ ਤੇ ਨਿਯੁਕਤ ਕੀਤੇ ਗਏ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਨਹੀਂ ਦੇਣਾ ਪਾਉਗੇ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਮ੍ਰਿਤਕਾਂ ਦੀਆਂ ਵਿਧਵਾਵਾਂ ਨੂੰ ਨਿਯੁਕਤੀ ਪੱਤਰ ਦੇ ਆਧਾਰ 'ਤੇ ਉਮਰ ਵਿੱਚ 50 ਸਾਲ ਦੀ ਛੋਟ ਦਿੱਤੀ ਹੋਈ ਹੈ ਜਿਸ ਕਾਰਨ ਕਈ ਵਾਰ ਮ੍ਰਿਤਕ ਮਲਾਜਮਾਂ ਦੀਆਂ ਵਿਧਵਾਵਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਆਧਾਰ 'ਤੇ ਮਜਬੂਰੀ ਵਸ ਕਾਫੀ ਲੇਟ ਸਟੇਜ ਤੇ ਗ੍ਰਾਪਸੀ ਨੌਕਰੀ ਕਰਨੀ ਪੈਂਦੀ ਹੈ ਇਸ ਪ੍ਰਾਚੇ ਨਿਰਧਾਰਤ ਸਪੀਡ 'ਤੇ ਟਾਈਪ ਟੈਸਟ ਕਰਵਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਾਰਨ ਉਹਨਾਂ ਨੂੰ ਮਾਨਸਿਕ ਅਤੇ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਾਰਨ ਮ੍ਰਿਤਕ ਮਲਾਜਮਾਂ ਦੀਆਂ ਵਿਧਵਾਵਾਂ ਤੇ ਤੱਥ ਯੋਗ ਹਾਲਾਤਾਂ ਕਾਸ ਕਰਨ ਦੀ ਸ਼ੋਰਟ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਤੁਹਾਨੂੰ ਦੱਸ ਦੇਈਏ ਕਿ ਹਦਾਇਤਾਂ ਪੱਤਰ ਜਾਰੀ ਕਰਨੇ ਮੇਰੇ ਤੋਂ ਲਾਗੂ ਹੋਣਗੇ ਜਾਣਕਾਰੀ ਅਨੁਸਾਰ ਇਹ ਪੱਤਰ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਤੋਹਫਾ ਸਸਤੇ ਹੋਣਗੇ ਮੋਬਾਈਲ ਤੇ ਹੋਰ ਸਮਾਨ ਮੋਦੀ ਸਰਕਾਰ ਨੇ ਬਜਟ 2024 ਤੋਂ ਪਹਿਲਾਂ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸਨੇ ਆਯਾਤ ਕੀਤੇ ਜਾਣ ਵਾਲੇ ਮੋਬਾਈਲ ਪੁਰਜ਼ਿਆਂ ਦੀ ਡ੍ਰਾਮ ਡਿਊਟੀ 5% ਘਟਾ ਦਿੱਤੀ ਹੈ ਇਸ ਸਪੈਸੀਅਲ ਨਾਲ ਭਾਰਤ ਵਿੱਚ ਬਾਰੇ ਮੋਬਾਈਲ ਪਾਰਟ ਤੇ ਸੋਰਸਿੰਗ ਦੀ ਲਾਗਤ ਘੱਟ ਹੋਵੇਗੀ ਜਿਸ ਨਾਲ ਖਪਤਕਾਰਾਂ ਨੂੰ ਫਾਇਦਾ ਹੋਣ ਵਾਲਾ ਵਿੱਤ ਮੰਤਰਾਲੇ ਵੱਲੋਂ ਜਾਈ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਮੋਬਾਈਲ ਡਿਵਾਈਸ ਤੇ ਇمپੋਰਟ ਡਿਊਟੀ 15 ਫੀਦੀ ਤੋਂ ਘਟਾ ਕੇ 10 ਫੀਦੀ ਕਰ ਦਿੱਤੀ ਗਈ ਹੈ ਭਾਰਤ ਵਿੱਚ ਬਣੇ ਜਾਂ ਤਾਂ ਮੋਬਾਈਲ ਕੰਪੋਨੈਂਟ ਬਾਹਰੋਂ ਆਯਾਤ ਕੀਤੇ ਜਾਂਦੇ ਨੇ ਸਰਕਾਰ ਇਸ ਤੇ ਇمپੋਰਟ ਡਿਊਟੀ ਲਗਾਉਂਦੀ ਜਿਸ ਕਾਰਨ ਉਹਨਾਂ ਦੀ ਕੀਮਤ ਵਧ ਜਾਂਦੀ ਹੈ ਹੁਣ ਇمپੋਰਟ ਡਿਊਟੀ ਘਟ ਹੋਣ ਕਾਰਨ ਆਉਣ ਵਾਲੇ ਸਮੇਂ 'ਚ ਮੋਬਾਈਲਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ ਹੁਣ ਪਰਿ ਨਹੀਂ ਚਲੇਗਾ WhatsApp ਕੰਪਨੀ ਨੇ ਕੀਤਾ ਹੈ ਵੱਡਾ ਬਦਲਾ ਮੈਟਾ ਨੇ ਹਾਲ ਹੀ ਵਿੱਚ ਆਪਣੀ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ WhatsApp ਲਈ ਇੱਕ ਅਪਡੇਟing ਜਾਰੀ ਕੀਤੀ ਹੈ ਹਨ ਇਸ ਤੋਂ ਇਲਾਵਾ ਕੰਪਨੀ ਨੇ ਇਸ ਐਪ ਵਿੱਚ ਕਈ ਬਦਲਾਅ ਕੀਤੇ ਹਨ ਵੱਡੀਆਂ ਤਬਦੀਲੀਆਂ ਵਿੱਚ ਇੱਕ ਚੈਟ ਬੈਕਅਪ ਸਟੋਰੀਜ਼ ਵਿੱਚ ਸ਼ਿਫਟ ਕਰਨ ਬਾਰੇ ਸੀ ਕੰਪਨੀ ਨੇ ਪਿਛਲੇ ਸਾਲ ਆਪਣੇ ਅਪਡੇਟ ਕੀਤੇ ਨਿਯਮਾਂ ਤੇ ਸ਼ਰਤਾਂ ਵਿੱਚ ਐਲਾਨ ਕੀਤਾ ਸੀ ਕਿ ਜਨਵਰੀ 2024 ਦੀ ਸ਼ੁਰੂਆਤ ਤੋਂ WhatsApp ਦੀ ਡੈਡੀਕੇਟਿਡ ਸਪੇਸ ਚੈਟ ਬੈਕਅਪ ਨਹੀਂ ਵਰਤੀ ਜਾਵੇਗੀ ਉੱਥੇ ਹੀ Google Drive ਦੀ ਵਰਤੋਂ ਇਸ ਦੀ ਥਾਂ ਤੇ ਕੀਤੀ ਜਾਵੇਗੀ ਹੁਣ ਜਦੋਂ ਨਵੇਂ ਸਾਲ ਦਾ ਪਹਿਲਾ ਜਿੰਨਾ ਖਤਮ ਹੋਣ ਵਾਲਾ ਹੈ ਤਾਂ WhatsApp ਨੇ ਚੈਟਸ ਅਤੇ ਮੀਡੀਆ ਬੈਕਅਪ ਲਈ Google Drive ਦੀ Google Drive ਦੇ ਤਬਦੀਲੀ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਸਟੋਰੇਜ ਨੂੰ ਮੁਫਤ ਰੱਖਣਾ ਹੋਵੇਗਾ ਜਾਂ ਵਾਧੂ ਸਟੋਰੇ ਲਈ ਭੁਗਤਾਨ ਕਰਨਾ ਹੋਵੇਗਾ ਹੁਣ ਭਾਵੇਂ ਤੁਸੀਂ Google Cloud ਸਰਵਿਸ ਦੇ ਭੁਗਤਾਨ ਕੀਤੇ ਜਾਂ ਮੁਫਤ ਪਲਾਨ ਦੀ ਵਰਤੋਂ ਕਰਦੇ ਹੋ WhatsApp ਚੈਟ ਬੈਕਅਪ ਤੁਹਾਡੀ Google Drive ਵਿੱਚ ਸੁਰੱਖਿਅਤ ਕੀਤੇ ਜਾਣਗੇ ਇਹ ਉਹੀ ਖਾਤਾ ਹੋਵੇਗਾ ਜੋ ਤੁਹਾਡੇ WhatsApp ਨਾਲ ਲਿੰਕ ਕੀਤਾ Gmail ਅਕਾਊਂਟ ਹੈ ਮਤਲਬ ਤੁਹਾਡੀਆਂ Google ਫੋਟੋਸ ਅਤੇ Gmail ਤੋਂ ਇਲਾਵਾ WhatsApp ਵੀ ਤੁਹਾਡੀ Google ਡਰਾਈਵ ਸਟੋਰੇਜ ਨੂੰ ਭਰਨਾ ਸ਼ੁਰੂ ਕਰ ਦੇਵੇਗਾ ਬਸ ਸੱਚ ਆ ਗਾਣੇ ਚਲਾਉਣ ਤੇ ਲੱਗੀ ਰੋਕ ਜੇਕਰ ਕੋਈ ਫੜਿਆ ਗਿਆ ਤਾਂ ਹੋਵੇਗੀ ਸਖਤ ਸਜ਼ਾ ਬਰਨਾਲਾ ਵਿਧਿਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸਤਵੰਤ ਸਿੰਘ ਨੇ ਫੌਜਦਾਰੀ ਜਾਬਤਾ 373 ਦੀ ਧਾਰਨ 344 ਦੀਨ ਮਿਲਿਆ ਅਧਿਕਾਰਾਂ ਦੀ ਵਰਤੋਂ ਕਰਦੇ ਆ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਰ ਦੂਰ ਅੰਦਰ ਚੱਲਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਅਸ਼ਲੀਲ ਗਾਣੇ ਚਲਾਉਣ ਤੇ ਪਾਬੰਦੀ ਹੋਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਵਾਲੇ ਬੱਸ ਚਾਲਕ ਜਾਂ ਕੰਡਕਟਰ ਵਰਦਾ ਸ਼ਿਕਾਇਤ ਪਾਈ ਗਈ ਤਾਂ ਉਸ ਦੇ ਖਿਲਾਫ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ ਅਗਲੇ ਹੁਕਮਤ ਤਹਿਤ ਉਹਨਾਂ ਜ਼ਿਲ੍ਹੇ ਅੰਦਰ ਆਨੰਦਕਾਇਤ ਹੁਕਮ ਜਾਰੀ ਕੀਤੇ ਨੇ ਮੈਰਜ ਪਾਇਲਸਾ ਧਾਰਮਿਕ ਸਥਾਨਾਂ ਅਤੇ ਲੋਕਾਂ ਦੁਆਰਾ ਸੱਭਿਆਚਾਰਕ ਧਾਰਮਿਕ ਅਤੇ ਹੋਰ ਪ੍ਰੋਗਰਾਮ ਆਦ ਵਿੱਚ ਲਾਊਡ ਸਪੀਕਰਾਂ ਆਰਕੈਸਟਰਾਂ ਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਜਿਸ ਦੇ ਫਲਸਰੂਪ ਆਮ ਲੋਕਾਂ ਦਾ ਮਾਨਸਿਕ ਰੋਗੀਆਂ ਤੇ ਬੱਚਿਆਂ ਦੀ ਸਿਹਤ ਅਤੇ ਪੜਾਈ ਤੇ ਮਾੜਾ ਅਸਰ ਪੈਂਦਾ ਪੰਜਾਬ ਇਨਸਟਰੂਮੈਂਟ ਕੰਟਰੋਲ ਆਫ ਨੋਇਜ਼ ਐਕਟ 156 ਅਨੁਸਾਰ ਕੋਈ ਵੀ ਵਿਅਕਤੀ ਪੂਰਵ ਪ੍ਰਵਾਨਗੀ ਲਾਊਡ ਸਪੀਕਰਾਂ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ ਮਾਰਚ ਦੇ ਪਹਿਲੇ ਹਫਤੇ ਲੋਕ ਸਭਾ ਚੋਣਾਂ ਹੋਣ ਦਾ ਐਲਾਨ ਸੰਭਵ ਮਨੋਹਰ ਲਾਲ ਖੱਟਰ ਮਾਰਚ ਦੇ ਪਹਿਲੇ ਹਫਤੇ ਲੋਕ ਸਭਾ ਚੋਣਾਂ ਦਾ ਐਲਾਨ ਸੰਭਵ ਹੈ ਜੀ ਮਨੋਹਰ ਲਾਲ ਖੱਟਰ ਚੰਡੀਗੜ੍ਹ 31 ਜਨਵਰੀ 2024 ਮਾਰਚ ਦੇ ਪਹਿਲੇ ਹਫਤੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਸਕਦੇ ਪ੍ਰਗਟਾਵਾ ਹਰਿਆਣੇ ਦੇ ਮੁੱਖ ਮੰਤਰੀ ਮਲੋਹ ਲਾਲ ਖੱਟਰ ਨੇ ਕੀਤਾ ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਐਲਾਨ ਮਗਰੋਂ ਮਈ ਤੱਕ ਸਾਰੇ ਦੇਸ਼ ਵਿੱਚ ਚੋਣਾਂ ਮੁਕੰਮਲ ਹੋ ਜਾਣਗੀਆਂ ਤੇ ਮਈ ਦੇ ਅਖੀਰ ਤੱਕ ਚੋਣ ਨਤੀਜੇ ਆ ਜਾਣਗੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਸੂਬੇ ਦੀਆਂ 10 ਦੀਆਂ 10 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੋਇਆ ਹੈ ਪੰਜਾਬ ਸਰਕਾਰ ਤੇ ਪੁਲਿਸ ਲਈ ਮੁਸੀਬਤ ਬਣੀ ਪਾਨਾ ਸਿੱਧੂ ਦੀ ਗ੍ਰਿਫਤਾਰੀ ਅੱਜ ਦੀ ਮੀਟਿੰਗ ਵਿੱਚ ਹੋ ਸਕਦਾ ਹੈ ਵੱਡਾ ਫੈਸਲਾ ਸੋਸ਼ਲ ਮੀਡੀਆ ਤੇ ਚਰਚੇ ਤੇ ਯੂਟਿਊਬਰ ਪਾਨਾ ਸਿੱਧੂ ਦੀ ਗ੍ਰਿਫਤਾਰੀ ਪੰਜਾਬ ਸਰਕਾਰ ਤੇ ਪੁਲਿਸ ਲਈ ਮੁਸੀਬਤ ਬਣ ਗਈ ਹੈ ਪਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਕਈ ਸਿਆਸੀ ਪਾਰਟੀਆਂ ਦੇ ਕਿਸਾਨ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਮਗਰੋਂ ਪੁਲਿਸ ਬੈਕ ਆਫ ਬੈਕਫੋਰਟ ਤੇ ਨਜ਼ਰ ਆਉਣ ਲੱਗੀ ਹੈ ਉਧਰ ਪਾਨਾ ਸਿੱਧੂ ਦੀ ਰਿਹਾਈ ਲਈ ਵੱਡੇ ਸੰਘਾਟ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਲਈ ਨਵੀਂ ਮੁਸੀਬਤ ਖੜੀ ਹੋਣ ਲੱਗੀ ਹੈ ਦਸਲ ਪਾਨਾ ਸਿੱਧੂ ਦੇ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਪੁਲਿਸ ਚੇਟਾ ਰਹੀ ਬਰਨਾਲਾ ਦੇ ਪੀਡਬਲਿਊਡੀ ਰੈਸਟ ਹਾਊਸ ਵਿੱਚ ਬਾਅਦ ਦੁਪਹਿਰ ਇੱਕ ਘੰਟਾ ਚੱਲੀ ਗੈਰ ਰਸਮੀ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਾਲਿਕ ਤੇ ਐਸਐਸਪੀ ਬਠਿੰਡਾ ਹਰਮਨ ਵੀਰ ਸਿੰਘ ਗਿੱਲ ਸ਼ਾਮਲ ਹੋਏ ਜਾਂਦ ਕੇ ਪਾਣਾ ਸਿੱਧੂ ਵੱਲੋਂ ਲੱਕਸਦਾਣਾ ਕਿਸਾਨ ਆਗੂ ਰੋਲਦੂ ਸਿੰਘ ਮਾਨਸਾ ਜਸਵਿੰਦਰ ਸਿੰਘ ਲਾਂਗੋਵਾਲ ਜਗਦੀਪ ਰੰਧਾਵਾ ਜੱਗਾ ਸਿੰਘ ਬਦਰਾ ਮਨਵੀਰ ਕੌਰ ਰਾਹੀ ਆਗੂ ਸ਼ਾਮਲ ਹੋਏ ਮੀਟਿੰਗ ਵਿੱਚ ਪਨਾਸਿੱਧੂ ਦੇ ਸਮਰਥਕਾਂ ਵੱਲੋਂ ਬਿਨਾਂ ਸ਼ਰਤ ਉਸ ਦੇ ਸਾਰੇ ਕੇਸ ਰੱਦ ਕਰਕੇ ਰਿਹਾਈ ਦੀ ਮੰਗ ਕੀਤੀ ਗਈ ਜਿਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਉੱਚ ਅਫਸਰਾਂ ਨਾਲ ਗੱਲਬਾਤ ਕਰਕੇ ਅੱਜ ਮੋਰ ਮੀਟਿੰਗ ਕਰਨ ਦੀ ਗੱਲ ਆਖੀ ਮੀਟਿੰਗ ਪ੍ਰੰਤ ਲੱਖਾ ਸੁਧਾਨਾ ਤੇ ਰੁਲਦੂ ਸਿੰਘ ਮਾਨਸਣ ਦੱਸਿਆ ਕਿ ਬੀਤੇ ਕੱਲ ਪਨਾਸਿੱਧੂ ਦੇ ਪੈਨਕੋਰਟ ਦੰਦਾਂ ਵਿੱਚ ਰੋਸ ਇਕੱਠ ਤੋਂ ਬਾਅਦ ਉਸ ਨੂੰ ਰਿਹਾਈ ਕਰਮਾਉਣ ਲਈ ਦੋ ਵੱਡੇ ਪ੍ਰੋਗਰਾਮ ਐਲਾਨੇ ਗਏ ਹਨ ਐਮਪੀ ਸਮਜੀਤ ਸਿੰਘ ਮਾਨ ਵੱਲੋਂ ਪਹਿਲੀ ਫਰਵਰੀ ਨੂੰ ਧੂਰੀ ਸੰਯੁਕਤ ਕਿਸਾਨ ਮੋਜਦ ਦੇ ਸਹਿਯੋਗੀ ਨਾਲ ਮੁੱਖ ਮੰਤਰੀ ਦੀ ਸੰਗਰੂਰ ਰਿਹਾਈ ਚੱਗੀ ਤਿੰਨ ਫਰਦੀ ਹਸਪਤਾਲ ਦਾ ਐਲਾਨ ਕੀਤਾ ਜਾਵੇਗਾ ਜੇਕਰ ਲੋਡ ਪਈ ਤਾਂ ਮੁੱਖ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਸਰਕਾਰ ਭਾਨਾ ਸਿੱਧੂ ਨਾਲ ਤੱਕਾ ਕਰ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਟ੍ਰੂਡਰ ਸਰਕਾਰ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕੀਤਾ ਪੰਜਾਬ 'ਚ ਵਧੀਆਂ ਮੁਸ਼ਕਲ ਆ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ ਹੋ ਗਏ ਨੇ ਟ੍ਰੂਡਰ ਸਰਕਾਰ ਦੀ ਇਸ ਕਾਰਵਾਈ ਨੇ ਸਿੱਖਿਆ ਨੌਕਰੀਆਂ ਤੇ ਉੱਥੇ ਜਾ ਕੇ ਵਸਣ ਵਾਲੇ ਭਾਰਤੀਆਂ ਦੀਆਂ ਨਵੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਖਾਸ ਤੌਰ ਤੇ ਪੰਜਾਬ ਚ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਸਲਟੈਂਸੀ ਦਾ ਕਾਰੋਬਾਰ ਕਰਨ ਵਾਲੇ ਕੈਨੇਡਾ ਦੇ ਸਪੈਸ਼ਲਿਸਟ ਵੀ ਹੈਰਾਨ ਹਨ ਕਿਉਂਕਿ ਉਹਨਾਂ ਦਾ ਕਾਰੋਬਾਰ ਸੁਸਤ ਹੋ ਗਿਆ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਸਰਨਾਰਥੀਆਂ ਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਵਿਦੇਸ਼ੀ ਵਿਦਿਆਰਥ ਪੰਜਾਬ ਤੋਂ ਉੱਥੋਂ ਜਾਣ ਵਾਲਿਆਂ ਦੇ ਮਨਸੂਬਿਆਂ ਵਿੱਚ ਵਿਗੜਨ ਪੈ ਗਿਆ ਹੈ ਵਨ ਇੰਡੀਆ ਦੀ ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਲੇਬਰ ਦੀ ਘਾਟ ਕਾਰਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੀਮਾ ਤੇ ਢਲ ਦਿੱਤੀ ਗਈ ਸੀ ਜਿਸ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਉੱਥੇ ਵਿਦਿਆਰਥੀਆਂ ਤੇ ਮਜ਼ਦੂਰਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ ਪਰ ਪਿਛਲੇ ਸਾਲ ਖਾਲਸਤਾਨੀ ਆਤਵਾਦੀ ਨਜ਼ਰ ਦੇ ਮਾਰੇ ਜਾਣ ਤੋਂ ਬਾਅਦ ਜਸਟਨ ਟ੍ਰੂਡੋ ਦੇ ਬੇਤੁਕੇ ਬਿਆਨ ਤੇ ਅਰੇਸ ਤੇ ਭਾਰਤ ਦੀ ਸਖਤ ਪ੍ਰਤੀਕਿਰਿਆ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਦਰਾਰ ਪੈਦਾ ਕਰ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਇਸ ਕਾਰਨ ਅਮਰੀਕਾ ਨੇ ਨਿਜਮਾਨ ਨੂੰ ਵੀ ਸਖਤ ਕਰ ਦਿੱਤਾ ਹੈ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਟ੍ਰੂਡੋ ਸਰਕਾਰ ਦਾ ਇਹ ਇੱਕ ਆਦਮ ਸਥਾਨਕ ਵੋਟਰਾਂ ਦਾ ਭਰੋਸਾ ਬਹਾਲ ਕਰਨ ਦੀ ਚਾਲ ਹੈ। ਕੈਨੇਡਾ ਦੀ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਘਰੇਲੂ ਫਰੰਟ ਤੇ ਡੂੰਘੇ ਸੰਕਟ ਵਿੱਚ ਹਨ। ਤਾ ਦੋਸਤੋ ਇਸੇ ਨਾਲ ਹੀ ਆਪਣੀਆਂ ਦੁਪਹਿਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਦੇ ਹਾਂ ਹੋਰ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ